ਸਵਾਗਤ ਹੈ ਸਾਡੇ ਯੂਟਿਊਬ ਚੈਨਲ ਢਿੰਗੜਾ ਮੋਟਰ ਸਰਹੰਦ ਤੇ। ਅੱਜ ਤੁਹਾਨੂੰ ਆਪਾਂ ਜਿਹੜੀ ਅੱਜ ਨਵੀਂ ਆਪਾਂ ਆਸਾਮ ਦੀ ਗੱਡੀ ਬਣਾਈ ਹੈ, ਅੱਜ ਤੁਹਾਨੂੰ ਉਹਦਾ ਆਪਾਂ ਵਿਊ ਕਰਾਉਂਦੇ ਹਾਂ ਸਾਰੀ ਗੱਡੀ ਦਾ ਵਿਊ। ਪਹਿਲਾਂ ਆਪਾਂ ਅੰਦਰ ਇੰਟੀਰੀਅਰ ਤੋਂ ਸਟਾਰਟ ਕਰ ਰਹੇ ਹਾਂ ਅਤੇ ਅੰਦਰ ਆਪਾਂ ਪਹਿਲਾਂ ਇੰਟੀਰੀਅਰ ਦਾ ਤੁਹਾਨੂੰ ਦਿਖਾਵਾਂਗੇ, ਫਿਰ ਉਸ ਤੋਂ ਬਾਅਦ ਬਾਹਰ ਦਾ ਦਿਖਾਵਾਂਗੇ। ਚਲੋ ਆਪਾਂ ਐਵੇਂ ਕਰਦੇ ਹਾਂ ਕਿ ਆਪਾਂ ਉੱਪਰ ਤੋਂ ਸਟਾਰਟ ਕਰਦੇ ਹਾਂ। ਰੁਕੋ, ਹੁਣ ਆਪਾਂ ਤੁਹਾਨੂੰ ਉੱਪਰ ਦਾ ਇੰਟੀਰੀਅਰ ਦਿਖਾਉਂਦੇ ਹਾਂ। ਉੱਪਰ LED ਬਣਿਆ ਸਾਰਾ ਇੰਟੀਰੀਅਰ, ਇੱਕ ਲਾਈਟਿੰਗ ਇਫੈਕਟ ਵੀ ਨਾਲ ਦਿੱਤਾ ਅਤੇ ਆਹ ਵਾਲਾ ਜਿਹੜਾ ਇੰਟੀਰੀਅਰ ਬਣਿਆ ਇੱਥੇ ਉਹਨਾਂ ਨੇ ਬਾਬਾ ਜੀ ਦੀ ਫੋਟੋ ਲਵਾਈ ਹੈ ਆਪਣੇ, ਬਹੁਤ ਹੀ ਸੋਹਣਾ ਲੱਗ ਰਿਹਾ ਵੀ, ਤੁਸੀਂ ਧਿਆਨ ਨਾਲ ਦੇਖੋ ਇਹਨੂੰ। ਜਿਹੜਾ ਆਪਾਂ ਇਹਦੇ ਵਿੱਚ ਸਿਸਟਮ ਲਾਇਆ ਉਹ ਲਾਇਆ ਸੋਨੀ ਕੰਪਨੀ ਦਾ, ਜੋ ਕਿ ਬਹੁਤ ਵਧੀਆ ਓਰੀਜਨਲ ਸਪੀਕਰ ਲੱਗੇ ਆ 420 ਵਾਟ ਦੇ, ਅਤੇ ਅੱਗੇ ਜਿਹੜੀ ਸਕਰੀਨ ਲਾਈ ਆ ਇਹ ਪੈਨਾਸਾਊਂਡ ਕੰਪਨੀ ਲੱਗੀ ਆ। ਉਸ ਤੋਂ ਬਾਅਦ ਇਹਦੇ ਰਿਕਾਰਡਿੰਗ ਵੀ ਨਾਲ ਹੁੰਦੀ ਆ। ਇਹਦੇ ਵਿੱਚ ਆਪਾਂ 2 ਕੈਮਰੇ ਲਗਾਏ ਆ, ਜਿਹੜੇ ਕਿ ਇੱਕ ਫਰੰਟ ਕੈਮਰਾ ਆ, ਜਿਵੇਂ ਕੈਮਰਾ ਦੇਖ ਸਕਦੇ ਹੋ। ਇਹਦੇ ਵਿੱਚ ਲਾਈਵ ਰਿਕਾਰਡਿੰਗ ਵੀ ਹੁੰਦੀ ਆ, ਮਤਲਬ ਜਿਵੇਂ ਅੱਗੇ ਸਾਰਾ ਲਾਈਵ ਹੋਏਗਾ ਅਤੇ ਮਾਲਿਕ ਆ ਜਿਹੜਾ ਉਹ ਘਰ ਬਹਿ ਕੇ ਰਿਕਾਰਡਿੰਗ ਸਾਰੀ ਦੇਖ ਸਕਦਾ ਕੀ ਚੱਲ ਰਿਹਾ ਗੱਡੀ ਦੇ ਵਿੱਚ, ਅਤੇ ਬਾਹਰ ਬੰਦੇ ਲੋਕੇਸ਼ਨ ਕੀ ਆ ਉਹ ਵੀ ਇਹਦੇ ਵਿੱਚ ਆਏਗੀ। ਇਹਦਾ ਬਹੁਤ ਬੈਨੀਫਿਟ ਆ ਇਹਦੀ ਰਿਕਾਰਡਿੰਗ ਦਾ। ਇੱਕ ਜਿਹੜੀ ਫੋਟੋ ਬਣੀ ਆ ਇਹ ਗਲਾਸ ਵਿੱਚ ਬਣੀ ਆ, ਸ਼ੀਸ਼ੇ ਦੀ ਬਣੀ ਹੋਈ ਆ, ਪਿੱਛੇ ਲਾਈਟਿੰਗ ਇਫੈਕਟ ਦਿੱਤਾ ਹੋਇਆ ਇਹਨਾਂ ਨੇ ਆਪਣੇ ਬਾਬਾ ਜੀ ਦੀ ਫੋਟੋ ਲਗਵਾਈ ਹੋਈ ਆ ਇਹਦੇ 'ਤੇ, ਬਹੁਤ ਪਿਆਰੀ ਲੁੱਕ ਮਾਰ ਰਹੀ ਹੈ ਜੋ ਕਿ ਗੱਡੀ ਨੇ। ਅੱਗੇ ਇਹਨਾਂ ਨੇ ਹਾਰ ਪਾਇਆ ਹੋਇਆ ਇਹਦੇ। ਇਹ ਆਪਾਂ ਰੂਟ ਦਾ ACDC ਲਾਇਆ ਜੋ ਕਿ ਬਹੁਤ ਵਧੀਆ ਹੈ, ਅਤੇ ਉਸ ਤੋਂ ਬਾਅਦ ਜਿਹੜਾ ਹੋਰਨ ਲਾਇਆ ਆਪਾਂ ਲਗਾਇਆ ਰੂਟਸ ਕੰਪਨੀ ਦਾ ਨਿਵਾਤੀ ਹੋਰਨ, ਜਿਹਨੂੰ ਆਪਾਂ ਕਹਿੰਦੇ ਹਾਂ ਸਪੈਸ਼ਲ। ਇਹਦੀ ਹੁਣ ਆਪਾਂ ਤੁਹਾਨੂੰ ਆਵਾਜ਼ ਸੁਣਾਉਂਦੇ ਹਾਂ ਇਹਦੀ ਹੋਰਨ ਦੀ, ਬਹੁਤ ਹੀ ਸਾਊਂਡ ਕੁਆਲਿਟੀ ਜ਼ਬਰਦਸਤ ਹੋਰਨ ਦੀ ਆ ਜੀ, ਹੁਣੇ ਸੁਣਾਉਂਦੇ ਹਾਂ। ਹਾਂਜੀ, ਹੁਣ ਤੁਹਾਨੂੰ ਆਪਾਂ ਹੋਰਨ ਚੈੱਕ ਕਰਾਉਂਦੇ ਹਾਂ। ਪਹਿਲੀ ਟੋਨ ਹੈ ਇਹ, ਦੂਜੀ ਇਹ, ਥਰਡ ਹੈ, ਤੁਹਾਨੂੰ ਆਪਾਂ ਬਾਹਰ ਦਾ ਇੰਟੀਰੀਅਰ ਤੁਹਾਨੂੰ ਦਿਖਾਤਾ ਆਪਾਂ। ਹੁਣ ਤੁਹਾਨੂੰ ਆਪਾਂ ਬਾਹਰ ਦਾ ਵਿਊ ਦਿਖਾਉਂਦੇ ਹਾਂ ਗੱਡੀ ਦਾ, ਜੋ ਰੇਡੀਅਮ ਦਾ ਕੰਮ ਹੋਇਆ ਗੱਡੀ 'ਤੇ। ਇਹ ਸਾਰਾ ਰੇਡੀਅਮ ਦਾ ਕੰਮ ਉੱਪਰ ਨਿਕੋਲਾਈ ਟੇਪ ਵਿੱਚ ਹੋਇਆ, ਜਿਹੜਾ ਉੱਪਰ ਮੱਥਾ ਬੋਰਡ ਹੋ ਗਿਆ ਸਾਰਾ ਇਹ ਰੇਡੀਅਮ ਟੇਪ ਵਿੱਚ ਹੋਇਆ। ਅਤੇ ਉਸ ਤੋਂ ਬਾਅਦ ਜਿਹੜੇ ਫਰੰਟ ਸ਼ੀਸ਼ੇ ਬਣੇ ਨੇ ਇਹ 3M ਦੇ ਬਣੇ ਨੇ, ਜਿਵੇਂ ਕਿ ਤੁਸੀਂ ਦੇਖ ਸਕਦੇ ਹੋ। ਅਤੇ ਉਸ ਤੋਂ ਬਾਅਦ ਜਿਹੜਾ ਫੁੱਟਰੈਸਟ ਹੈ ਗੱਡੀ ਦਾ ਇਹ ਵੀ 3M ਦਾ ਕੰਮ ਹੋਇਆ, ਅਤੇ ਜਿਹੜਾ ਟਾਟਾ ਇਹ ਵੀ 3M ਦਾ ਕੰਮ ਹੋਇਆ। ਸਾਰਾ ਅੱਗੇ ਲੁੱਕ ਦੇਖੋ ਫਰੰਟ ਸ਼ੀਸ਼ੇ ਦੀ ਸਾਰੀ ਕਿੰਨੀ ਪਿਆਰੀ ਲੱਗ ਰਹੀ ਹੈ ਦੂਰ ਤੋਂ, ਜਿਵੇਂ ਕਿ ਤੁਹਾਨੂੰ ਦਿਖਾ ਰਹੇ ਹਾਂ। ਹੁਣ ਆਪਾਂ ਤੁਹਾਨੂੰ ਸਾਈਡ ਦਾ ਵਿਊ ਦਿਖਾਉਂਦੇ ਹਾਂ ਗੱਡੀ ਦਾ। ਸਾਈਡ 'ਤੇ ਸਾਰਾ ਨਿਕੋਲਾਈਟ ਕੰਪਨੀ ਦਾ ਕੰਮ ਹੋਇਆ, ਡਬਲ ਸ਼ੇਡ 'ਤੇ ਵਧੀਆ ਓਰੀਜਨਲ ਟੇਪ ਲਾ ਕੇ, ਅਤੇ ਜਿਹੜੀ ਬਾਡੀ 'ਤੇ ਸਾਰੀ 3M ਲੱਗੀ ਆ ਉੱਪਰ ਲਰ 'ਤੇ, ਅਤੇ ਨੀਚੇ ਵੀ 3M ਦਾ ਕੰਮ ਹੋਇਆ ਓਰੀਜਨਲ ਟੇਪ ਦਾ। ਇਹ 'ਤੇ ਇਹਦਾ ਟੈਂਕੀ ਦਾ ਕੰਮ ਹੈ, ਇਹ ਸਾਰਾ ਪ੍ਰਿੰਟਿੰਗ ਵਿੱਚ ਹੋਇਆ ਜਿਹੜਾ ਸਾਈਡ ਟੈਂਕੀ ਦਾ ਕੰਮ ਹੈ, ਜਿਹੜਾ ਟਰਾਲਾ ਬਣਿਆ ਹੋਇਆ। ਅਤੇ ਜਿਹੜਾ ਕ੍ਰੋਸ ਲੱਗਿਆ ਗੱਡੀ ਦਾ ਸਾਈਡ 'ਤੇ ਇਹ 3M ਟੇਪ ਵਿੱਚ ਲੱਗਿਆ। ਅਤੇ ਹੁਣ ਆਪਾਂ ਤੁਹਾਨੂੰ ਇਹ ਗੱਡੀ ਦੇ ਵੀਲ ਕੱਪ ਦੇਖੋ, ਵੀਲ ਕੱਪ ਸਾਰੇ ਗੁਹਾਟੀ ਵਾਲਾ ਵੀਲ ਕੱਪ ਜਿਹਨੂੰ ਆਪਾਂ ਕਹਿੰਦੇ ਹਾਂ, ਜਿਵੇਂ ਕਿ ਤੁਸੀਂ ਦੇਖ ਸਕਦੇ ਹੋ। ਅਤੇ ਹੁਣ ਆਪਾਂ ਤੁਹਾਨੂੰ ਪਿੱਛੇ ਵਾਲੀ ਸਾਈਡ ਲੈ ਕੇ ਚੱਲਦੇ ਹਾਂ ਗੱਡੀ ਦੇ। ਜਿਹੜਾ ਪਿੱਛੇ ਡਾਲੇ ਦਾ ਕੰਮ ਹੋਇਆ ਇਹ ਸਾਰਾ 3M ਵਿੱਚ ਹੋਇਆ, ਜਿਵੇਂ ਕਿ ਤੁਸੀਂ ਦੇਖ ਸਕਦੇ ਹੋ। ਬਲੋ ਹੋਰਨ ਹੈ ਵੀ 3M 'ਚ ਬਣਿਆ ਹੋਇਆ, ਬੱਤਾ ਵੀ 3M 'ਚ ਬਣਿਆ ਹੋਇਆ, ਆਹ ਸਾਰਾ ਕੰਮ ਜਾਲੀ ਸਾਰਾ 3M 'ਚ ਹੋਇਆ ਪਿਆ ਗੱਡੀ ਦਾ। ਸਾਈਡ ਦੇ ਪੱਤੇ ਵੀ 3M 'ਚ ਬਣੇ ਪਏ ਨੇ। ਅਤੇ ਹੁਣ ਆਪਾਂ ਤੁਹਾਨੂੰ ਦੂਜੀ ਸਾਈਡ ਦਾ ਵਿਊ ਦਿਖਾਉਂਦੇ ਹਾਂ। ਟੂਲ ਬਾਕਸ ਸਾਈਡ 'ਤੇ ਗੱਡੀ ਦਾ ਜਿਹੜਾ ਬਣਿਆ, ਅਤੇ ਜਿਹੜੀ ਥੱਲੇ ਮੈਟਿੰਗ ਦਾ ਕੰਮ ਹੋਇਆ ਸਾਰਾ ਇਹ 3M ਵਿੱਚ ਹੋਇਆ। ਜਿਹੜਾ ਸਾਈਡ ਦਾ ਟਰਾਲਾ ਬਣਿਆ ਇਹ ਕਸਟਮਰ ਦੀ ਚੋਇਸ 'ਤੇ ਬਣਿਆ, ਆਵਾਜ਼ ਵੀ ਅਤੇ ਉਹ ਵੀ ਇਹ ਕਸਟਮਰ ਦੀ ਚੋਇਸ 'ਤੇ ਪ੍ਰਿੰਟਿੰਗ ਕੀਤੀ ਹੈ ਸਪੈਸ਼ਲ। ਅਤੇ ਜਿਹੜੀ ਸਾਈਡ 'ਤੇ ਢਿੰਗੜਾ ਮੋਟਰ ਦਾ ਲੋਗੋ, ਇਹਨੂੰ ਵੀ ਧਿਆਨ ਨਾਲ ਦੇਖ ਲਿਓ। ਸਾਈਡ ਕੈਬਨ ਦਾ ਵਿਊ ਆਪਾਂ ਬਾਕੀ ਤੁਹਾਨੂੰ ਕਰਾਈ ਦਿੱਤਾ ਹੈ ਸਾਰਾ। ਹੁਣ ਆਪਾਂ ਤੁਹਾਨੂੰ ਸਾਰਾ ਰਿਵਿਊ ਕਰਾਤਾ ਗੱਡੀ ਦਾ, ਇੰਟੀਰੀਅਰ ਵੀ ਅਤੇ ਐਕਸਟੀਰੀਅਰ ਵੀ, ਜਿਹੜਾ ਵੀ ਆਪਣਾ ਰੇਡੀਅਮ ਡੈਕੋਰੇਸ਼ਨ ਦਾ ਜਿਹੜਾ ਵੀ ਕੰਮ ਹੋਇਆ ਆਪਾਂ ਤੁਹਾਨੂੰ ਸਾਰਾ ਦਿਖਾਤਾ। ਹੁਣ ਤੁਸੀਂ ਦੱਸਣਾ ਕਿ ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ। ਲਾਈਕ ਅਤੇ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਿਓ। ਥੈਂਕ ਯੂ।